ਵਿੱਚ ਤਸ਼ਰੀਫਨੁਮਾ ਕਿਸਾਨ ਵੀਰੋ, ਭੈਣੋ ਭਰਾਵੋ, ਪਤਵੰਤੇ ਸੱਜਣੋ, ਨੇਤਾਓ, ਬੱਚਿਓ, ਬਜ਼ੁਰਗੋ, ਮੈਂ ਵੀ ਕੋਈ 1:30 ਵਜੇ ਦਾ ਧਰਨੇ 'ਚ ਆ ਕੇ ਬੈਠਿਆ। ਬੜਾ ਮਨ ਕਰਿਆ, ਜਿੱਦਣ ਇਹ ਧਰਨਾ ਲੱਗਿਆ ਉੱਦਣ ਵੀ ਅਸੀਂ ਆਏ। ਖੇਤੀ ਤਾਂ ਮੈਂ ਕਦੇ ਕੀਤੀ ਨਹੀਂ, ਨਾ ਮੈਂ ਕਦੇ ਨੱਕੇ ਮੋੜੇ, ਪਰ ਮੈਂ ਆਪਣੇ ਬਾਪ ਦਾਦੇ ਇਹ ਕੰਮ ਕਰਦੇ ਦੇਖੇ ਨੇ। ਮੇਰੇ ਫਾਦਰ ਸਾਹਿਬ ਫੌਜ ਕੈਪਟਨ ਹੋਇਆ ਕਰਦੇ ਸੀ, ਹੁਣ ਤਾਂ ਉੱਤੇ ਜਾ ਬੈਠੇ ਨੇ। ਸਭ ਤੋਂ ਜਦੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਬਣੀ, ਸਭ ਤੋਂ ਪਹਿਲਾਂ ਜਦੋਂ ਭਾਰਤੀ ਕਿਸਾਨ ਯੂਨੀਅਨ ਬਣੀ ਲੱਖੋਵਾਲ ਦੀ, ਸ਼ਾਇਦ ਪੁਰਾਣੇ ਬਜ਼ੁਰਗਾਂ ਨੂੰ ਜਾਣਦੇ ਹੋਣ, ਮੈਂ ਕੈਪਟਨ ਸੁਖਪਾਲ ਸਿੰਘ ਜੀ ਦਾ ਲੜਕਾ ਹਾਂ, ਰਾਜਪ੍ਰੀਤ। ਉਹਨਾਂ ਨੇ ਬੜੀ ਵੱਧ ਚੜ੍ਹ ਕੇ ਸ਼ਿਰਕਤ ਕੀਤੀ ਭਾਰਤੀ ਕਿਸਾਨ ਯੂਨੀਅਨ 'ਚ। ਉਦੋਂ ਇੱਕ ਹੁੰਦੀ ਸੀ, ਹੁਣ 31 ਨੇ, ਅਤੇ ਮੈਂ ਸਮਝਦਾ ਕੋਈ ਬਹੁਤੀ ਵਧੀਆ ਗੱਲ ਨਹੀਂ, ਪਰ ਚਲੋ ਦੇਰ ਆਏ ਦਰੁਸਤ ਆਏ। 31 ਨੇ ਏਕਾ ਕਰ ਲਿਆ, ਏਕਾ ਤਾਂ ਦੋ ਜਣਿਆਂ ਤੋਂ ਨਹੀਂ ਹੁੰਦਾ, 31 ਨੇ ਕਰ ਲਿਆ। ਕਿਸਾਨਾਂ ਨੇ ਬਹੁਤ ਹੀ ਪੜ੍ਹਿਆ ਲਿਖਿਆ ਨਾਲੋਂ ਵੀ ਜ਼ਿਆਦਾ ਕਿਤੇ ਵੱਡੀ ਅਕਲਮੰਦੀ ਦਾ ਸਬੂਤ ਦੇ ਦਿੱਤਾ, ਬਹੁਤ ਵੱਡਾ ਸਬੂਤ ਦਿੱਤਾ। ਨਹੀਂ ਜੱਟ ਇਹ ਕਦੇ ਏਕੇ ਦੀ ਗੱਲ ਕਰਦਾ ਨਹੀਂ ਹੁੰਦਾ, ਇਹਨੂੰ ਆਪਣੇ ਕੀਲੇ ਦੀ ਵੱਟ, ਇਹਨੂੰ ਆਪਣੇ ਖੂਹ ਦੀਆਂ ਟਿੰਡਾਂ, ਇਹਨੂੰ ਆਪਣੇ ਬੋਰ ਦੀ ਨਾਲ, ਇਸ ਤੋਂ ਵੱਧ ਕਦੇ ਸੋਚਦਾ ਨਹੀਂ ਸੀ ਹੁੰਦਾ। ਦੂਜੇ ਦੀ ਵੱਟ ਖੁਰਚਦਾ ਖੁਰਚਦਾ 2-2 ਵੀਘੇ ਅਗਲੇ ਦੇ ਜਾ ਵੜਦਾ ਸੀ, ਇਸੇ ਗੱਲ 'ਤੇ ਲੜਦੇ ਰਹੇ ਔਰ ਗਾਲਾਂ ਬਲਦਾਂ ਨੂੰ ਔਰ ਮੈਸਾਂ ਨੂੰ ਕੱਢਦੇ ਰਹੇ। ਖੜ ਜਾ ਤੇਰੀ ਜੰਮਣ ਵਾਲੀ ਦੇ ਨਾਲੇ ਆਰ ਮਾਰਨੀ, ਉਹਨੇ ਕਿਹੜਾ ਅੱਗੋਂ ਬੋਲਣਾ, ਵਿਚਾਰੇ ਨੇ ਬਲਦ ਨੇ, ਉਹਨੇ ਕਹਿਣਾ ਮੜ ਜੇ 2-4 ਡਿੰਗਾਂ ਤੇਜ਼ ਕਰ ਦੇਣੀਆਂ, ਉਹਨੇ ਫਿਰ ਹੌਲੀ ਹੋ ਜਾਣਾ, ਇਹਨੇ ਫਿਰ ਆਰ ਮਾਰਨੀ, ਉਹਨੇ ਫਿਰ ਚੱਲ ਪੈਣਾ। ਇਸ ਤਰੀਕੇ ਨਾਲ ਪੁਰਾਣਾ ਮੇਰਾ ਬਜ਼ੁਰਗ, ਮੇਰਾ ਜ਼ਿਮੀਂਦਾਰ, ਮੇਰਾ ਜੱਟ, ਮੇਰਾ ਵੀਰ, ਮੇਰੀ ਮਾਂ, ਮੇਰੇ ਬਾਪ ਇਸ ਤਰੀਕੇ ਨਾਲ ਖੇਤੀਬਾੜੀ ਕਰਦੇ ਰਹੇ। ਜਨਾਨੀਆਂ ਦੀ ਮਿਹਨਤ ਦਾ ਤਾਂ ਕਿਤੇ ਮੁੱਲ ਹੀ ਨਹੀਂ ਪਾਇਆ ਜੱਟ ਨੇ, ਗੁੱਸਾ ਨਾ ਕਰਿਓ। ਜਨਾਨੀ ਦਾ ਤੁਸੀਂ ਇਹ ਸਮਝਦੇ ਸੀ ਵੀ ਇਹ ਚੁੱਲ੍ਹੇ ਦੇ ਮੂਹਰੇ ਬੈਠੀ, ਕਦੇ ਸਾਡੀਆਂ ਰੋਟੀਆਂ ਬਣਾਤੀਆਂ, ਕਦੇ ਚਾਹ ਦਾ ਟਾਈਮ ਹੋ ਗਿਆ, ਕਦੇ ਦੁਪਹਿਰ ਦੀ ਹੋਊਗੀ, ਕਦੇ ਸੰਝਾਂ ਦੀ ਹੋਊਗੀ। ਰਾਤ ਨੂੰ ਮੈਂ ਦੇਖਿਆ ਆਪਣੀਆਂ ਚਾਚੀਆਂ ਤਾਈਆਂ ਰਾਤ ਨੂੰ 7-8 ਵਜੇ ਨਹਾ ਕੇ ਕੰਘੀ ਪੱਟੀ ਕਰਿਆ ਕਰਦੀਆਂ ਸੀ, ਉਹਨਾਂ ਦਾ ਮੁੱਲ ਨਹੀਂ ਪਿਆ। ਜੱਟਾਂ ਨੇ ਉਹਨਾਂ ਦਾ ਮੁੱਲ ਪਾਇਆ ਨਹੀਂ, ਜਿਹੜੇ ਘਰ ਦੀਆਂ ਸੁਆਣੀਆਂ ਸੀ। ਫਿਰ ਵੀ ਧੰਨਵਾਦ ਹੈ ਉਹਨਾਂ ਦਾ, ਇੰਨੀਆਂ ਤਕਲੀਫਾਂ ਝੱਲਣ ਦੇ ਬਾਵਜੂਦ ਉਹ ਵਿਚਾਰੀਆਂ ਧਰਨਿਆਂ 'ਚ ਤੁਹਾਡੇ ਨਾਲ ਆ ਬੈਠੀਆਂ, ਨਾਲੇ ਤਾਂ ਉਹਨਾਂ ਦੀਆਂ 2-3 ਪਿਸ਼ਤਾਂ ਨੇ ਜੁੱਤੀਆਂ ਖਾਧੀਆਂ ਆਪਣੇ ਖਸਮਾਂ ਤੋਂ, ਨਾਲੇ ਸੱਸ ਸਹੁਰਿਆਂ ਤੋਂ, ਨਾਲੇ ਸਮਾਜ ਤੋਂ। ਫਿਰ ਵੀ ਤੁਸੀਂ ਯਕੀਨ ਜਾਣੋ, ਧੰਨ ਹੈ ਉਹਨਾਂ ਦਾ ਜਿਗਰਾ, ਜਿਨ੍ਹਾਂ ਨੇ ਆਪਣੀਆਂ ਪਿਛਲੀਆਂ ਤਕਲੀਫਾਂ ਭੁੱਲ ਕੇ ਆਪਣੇ ਭੈਣਾਂ ਭਰਾਵਾਂ ਆਪਣੇ ਜ਼ਿਮੀਂਦਾਰ ਭਾਵਾਂ ਨਾਲ ਆ ਕੇ ਅੱਗੇ ਹੋ ਕੇ ਕੇਸਰੀ ਝੋਨੇ ਲੈ ਕੇ ਅੱਜ ਰੇਲਵੇ ਲਾਈਨ ਦੀਆਂ ਪੱਟੜੀਆਂ 'ਤੇ ਬੈਠੀਆਂ ਨੇ। ਤੁਹਾਡਾ ਸਾਥ ਦੇ ਦੀਆਂ ਨੇ। ਸਭ ਤੋਂ ਵੱਡੀ ਗੱਲ ਅਗਰ ਕਿਸਾਨ ਧਰਨੇ ਵਿੱਚ ਹੋਈ ਹੈ ਤਾਂ ਇਹ ਹੋਈ ਹੈ। ਇਹ ਮੋਦੀ ਜੀ ਦੀ ਜਿਹੜੀ ਹਿੰਦੀ ਨਹੀਂ ਆਪਾਂ ਨੂੰ ਬੋਲਣੀ ਆਉਂਦੀ, ਉਹ ਕਿਆ ਕਹਿੰਦੇ ਹੁੰਦੇ, ਇਸਤਰੀ ਸਾਕਸ਼ਰਤਾ, ਕਿਆ ਕਹਿੰਦੇ ਜੀ ਉਹਨੂੰ, ਸ਼ਕਤੀ, ਇਹ ਅਸਲ ਵਿੱਚ ਪੰਜਾਬ 'ਚ ਹੋਈ ਹੈ। ਕਿਸੇ ਸਟੇਟ ਦੀ ਔਰਤ ਵਿੱਚ ਇੰਨਾ ਦਮ ਨਹੀਂ ਵੀ ਉਹ ਧਰਨਿਆਂ 'ਤੇ ਆ ਕੇ ਬੈਠ ਜੇ, ਪੰਜਾਬਣਾਂ ਬੈਠੀਆਂ। ਇਹ ਗੱਲ ਮੰਨ ਜਾਓ, ਜਿਹੜੀ ਚੀਜ਼ ਤੁਸੀਂ ਚੁੱਲ੍ਹੇ ਦੀ ਸਵਾਹ ਵਿੱਚ ਰੋਲੀ ਰੱਖੀ ਹੈ, ਅੱਜ ਉਹ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਬੈਠੀ ਹੈ। ਅੱਜ ਕਬੀਰ ਦੀ ਬਾਣੀ ਸੱਚੀ ਕਹਿਤੀ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜਿਹੜ ਨਾ ਕੋਏ, ਜੀਵਦਿਆਂ ਪੈਰਾਂ ਥਲੇ ਮੋਇਆਂ ਉੱਪਰ ਹੋਏ। ਸੋ ਭਰਾਵੋ, ਅੱਜ ਦਾ ਇਹ ਧਰਨਾ ਮੇਰਾ ਬੜਾ ਜੀ ਕਰਦਾ ਸੀ ਵੀ, ਪਹਿਲੇ ਦਿਨ ਤਾਂ ਸਟੇਜ 'ਤੇ ਲਾਲਾ ਲਾਲਾ ਹੀ ਹੋਈ ਪਈ ਸੀ, ਮੇਰੇ ਗਾਇਕ ਵੀਰ ਗੀਤ ਹੀ ਸੁਣਾ ਰਹੇ ਸੀ, ਗਰੇਵਾਲ ਹੋਇਆ ਹੋਰ, ਪਰ ਮੈਂ ਕਹਿੰਦਾ ਗੀਤ ਸੁਣਾਉਣੇ ਹੈ, ਦੇਸ਼ ਭਗਤੀ ਦੇ ਲੋਕਾਂ ਵਿੱਚ ਰੋਹ ਭਰਨਾ। ਨੌਵੇਂ ਪਾਤਸ਼ਾਹ ਨੇ ਢਾਡੀ ਦਰਬਾਰ ਚਾਲੂ ਕੀਤੇ, ਜੰਗ ਲੜਨ ਤੋਂ ਪਹਿਲਾਂ 2-2 ਘੰਟੇ 3-3 ਘੰਟੇ ਢਾਡੀ ਦਰਬਾਰ ਲੱਗਦੇ ਸੀ, ਫੌਜਾਂ ਦੇ ਰੌਂਗਟੇ ਖੜ੍ਹੇ ਕਰਦੇ ਸੀ ਵੀ ਜਿਹੜਾ ਅੱਗੇ ਹੈਗਾ ਚੱਕ ਦੇਣਾ, ਤੁਸੀਂ ਕੌਮ ਲਈ, ਤੁਸੀਂ ਲੋਕਾਂ ਲਈ, ਤੁਸੀਂ ਸਮਾਜ ਲਈ ਲੜਨ ਜਾ ਰਹੇ ਹੋ। ਇਸ ਕਿਸਮ ਦੇ ਗੀਤ ਪੰਜਾਬ ਦੇ ਸੱਭਿਆਚਾਰ ਵਿੱਚ ਸੁਣਨ ਨੂੰ ਬਹੁਤ ਘੱਟ ਮਿਲੇ ਨੇ, ਮੇਰਾ ਭਾਵੇਂ ਕਲਾਕਾਰ ਲੋਕ ਗੁੱਸਾ ਹੀ ਕਰ ਲੈਣ।
सो ये पंजाब का पिछोकड़ मैं थोड़े नाल बयान करिया। पर अज हुण फिर ये भी बड़ी खुशी हुंदी है भी किहड़ी कौम उठी किसानां दे दर्द नूं लै के कलाकार जिन्हों असी माफ करना गुस्सा ना करे हुण तां जट्टां दे मुंडे गीत गाउण लग पे जिन्हों असी कह दिया करदे सी है सारा मरासियां वाले काम करदा इह कितें जट्टां दे काम है कहिंदे सी कि नहीं। अज उहनां लोकां ने भी थोड़ी बांह फड़ी है ये भी एक बहुत माण मत्ती गल है। क्यों? क्योंकि इन्हां लोकां दा गुजारा भी किसानां ते ही है जिन्ना ब्याहां दे पैसे किसान पटदा बाणियां नहीं पटदा कदे देख लियो उह सौदा करके निकलदा कमरे चों भी मुंडे नूं मैं एम कॉम कराई है इहने सी ए कीती है इन्ना खर्चा दसवीं तक इन्ना बारहवीं तक इन्ना चौदहवीं तक इन्ना सी ए बन तक ये तो उरे रख दे बाकी ब्याह पर आ चीज़ खानी है मैं। सो ये गल्लां जिथे आपां धरने च सरकार तो मंगा कर रहे काले कानूनां दा सब नूं पता है सब तो पहला माफ़ करना गुस्सा ना करो मैं भी पिछे है असी हुण तां जमीन विकण जा रही आपां तां हिले आ माड़े जे जदों साडी जमीन विक रही सी उदों आपां ने गौर नहीं करी। आ भाई जिहड़ा पिछे तूंबी वाला सी इहनां बहुत सोहणी गल करी सौ ठग चोर जुआरिया शराबी कबाबी इकट्ठा करिए तां मसों इक एम एल ए बनता गाह फिर असी उन्हूं चुनण वास्ते जो अपने जमीर का घाण करते हैं एक गुलाब दे डुप्लीकेट पऊए पिछे असी रातों रात वोट बदल देने वह भी घनौर की बनी हुई दारू आ थोड़े जड़ च एडा बड़ा स्कैम निकलिया लेकिन मुख्यमंत्री ने क्योंकि एम एल ए फसदा सी पिछ पता ही नहीं लग्या कित्थे गया जिहड़ी बोतल 200 की बिकती सी उह 100 की जिमीदार बड़ा खुश फोन मारो कहिंदा साले मोटर ते दे दे जांदे ने कितें जाण दी लोड़ ही नहीं इत्थे साडियां जमीरां विकियां हैं जी। जद जमीर विकी फिर जमीन ते अख रखी हुण जब जमीन विकण जा रही है हुण पता लग्या वी जमीर विकी तां लोट कर लांगे जे जमीन विकी गई हुण नहीं खरीदी जाणी 35 लख दी 50 लख दी जमीन अज 12-15 लख च विक रही है कोई लैण नूं तैयार नहीं। पिंड विच जे किसे दे करजा होवे ਉਹ ਇੱਕ ਬੀਗਾ ਨਹੀਂ ਖਰੀਦਣ ਵਾਲਾ ਸਾਰੇ ਪਿੰਡ ਵਿੱਚ ਇੱਕ ਬੀਗਾ 3 ਲੱਖ ਦਾ 3 ਲੱਖ ਦਾ 2.5 ਲੱਖ ਦਾ ਇੱਕ ਬੀਗਾ ਖਰੀਦਣ ਵਾਲਾ ਨਹੀਂ। ਜੇ ਕੋਈ ਕਹਿ ਦਵੇ ਯਾਰ ਮੇਰਾ ਬੀਗਾ ਲੈ ਲਓ ਮੇਰੀ ਘਰ ਵਾਲੀ ਨੂੰ ਕੈਂਸਰ ਹੋ ਗਿਆ ਉਹ ਮੈਂ PGI 'ਚ ਸਟੰਟ ਪਾਉਣਾ ਹੈ ਉਹ ਮੈਂ 40 ਜਾਣਾ ਉਹ ਮੇਰਾ ਇੱਕ ਬੀਗਾ ਖਰੀਦ ਲਓ ਜਿਮੀਦਾਰ ਠੂਠੇ ਚੱਕੇ ਫਿਰਦਾ ਉਹਦੀ ਕੋਈ ਜ਼ਮੀਨ ਨਹੀਂ ਖਰੀਦਦਾ। ਇਹ ਹਾਲਾਤ ਸਰਕਾਰਾਂ ਨੂੰ ਪਤਾ ਲੱਗੇ ਨੇ ਇਹ ਮੋਦੀ ਗੁਜਰਾਤ ਬਾਰੇ मैं थोनों एक गल दसा इन्हों हिंदुस्तान की आज़ादी इस सूबे का कोई योगदान नहीं कोई शहीद नहीं होया गुजरात का आ पटेल की मूर्ति जी 6,000 करोड़ की लाई है इन्हें भी आज़ादी मिलन तो बाद राजे महाराजे अंदर करन दा कम स्टेटा अपने थले लियाउण दा कम किया इन्हें कोई आज़ादी की लड़ाई नहीं लड़ी। एक बार शायद तुसीं जानदे हो बहुत घट लोग ने जड़े पढ़े ने जिन्होंने आज़ादी की लड़ाई बारे सुनिया है जिन्होंने वो गड्डिया जिसे हज़ारा लोग कतल होकर आते देखे ने जिन्होंने वो पिक्चर देखिया ने भी किमें गड्डिया कतल होकर लोग पाकिस्तान तो आए जनरल मानशाह फील्ड अफसर हिंदुस्तान का फील्ड अफसर उन्होंने कहा गया फील्ड मतलब फील्ड का मास्टर लड़ाई लड़न के तरीके किमें ने उन्होंने मास्टर एक बार गुजरात में लैक्चर दे रहा उन्हें पंजाबियों बारे जिक्र किया उन्हें बंगालियों बारे जिक्र किया उन्हें बिहारियों बारे जिक्र किया उन्हें गोरखियों की बोली बोली ये सारिया बोलियां बोल के दसिया उन्हें एक टुटा जा गुजराती मूहरे बैठा कहना अमी तुमको एक बात बोलनी छे आपने गुजराती नहीं बोली। वो कहता जे कोई कंजर फौज में गुजराती सिपाही हों मैं गुजराती सीखता फौज में तो कोई है नहीं तुस्ता हीरे जवाहरात के व्यापारी हो। सो अज राज गुजराती का चल रहा है उहदे सामने उहदे मंत्री बोलदे नहीं उहदे सामने उहदी कैबिनेट माफ करना मूतदी फिरदी है जिन्ने फैसले लैंदा उह कल्ला लैंदा है कैबिनेट फैसले नहीं लैंदी लोकां दी पसंद ना पसंद दा ख्याल बिल्कुल नहीं रख्या जांदा। जिहड़े लोकां ने आ 10 साल का राज उहनूं दवाया रिलायंस वालियां ने अंबानियां ने अडानियां ने मोदियां ने टाटे ने बिरले ने ये हुण उन्होंने मुल तारन लग्या होया आ पेट्रोल पंपां ते भंग पुजदी है
ਇਹ 50-50 ਲੱਖ 1-1 ਕਰੋੜ ਰੁਪਏ ਦਾ ਠੇਕਾ ਆਪਣੇ ਕੋਲ ਰੱਖ ਕੇ ਨੇ, ਕਿਰਾਏ ਤੇ ਦਿੱਤੇ ਹੋਏ ਨੇ, ਮਾਲ ਆਪ ਵੇਚਦਾ ਹੈ, ਬੰਦੇ ਰਾਖੀ ਕਰਨ ਵਾਲੇ ਹੋਰ ਨੇ। ਇਹਨਾਂ ਲੋਕਾਂ ਨੂੰ ਲੁੱਟਣ ਦਾ ਤਰੀਕਾ ਹੈ। ਆ ਪਿੱਛੇ ਇੱਕ ਪੰਪ ਲੱਗਿਆ, ਮੇਰਾ ਦੋਸਤ ਹੈ ਇੱਕ ਅਮਰਜੀਤ ਦਿਵਾਲੀ ਦਾ ਮੁੰਡਾ, ਉਹਨੇ ਆਪਣੇ ਮੁੰਡੇ ਨੂੰ 50 ਲੱਖ ਰੁਪਈਆ ਅਡਵਾਨੀ ਇਹਨਾਂ ਨੂੰ ਦੇ ਕੇ ਰਿਲਾਇੰਸ ਵਾਲਿਆਂ ਨੂੰ ਪੰਪ ਠੇਕੇ 'ਤੇ ਲਿਆ। ਮੁੰਡੇ ਦਾ ਵਿਆਹ ਨਹੀਂ ਸੀ ਹੁੰਦਾ, ਕਹਿੰਦਾ ਮੈਂ ਕਹਿ ਦੂੰਗਾ ਪੈਟਰੋਲ ਪੰਪ ਹੈ ਮੁੰਡੇ ਦਾ, ਫਿਰ ਗੱਡੀ ਵੀ ਮਿਲ ਜੂਗੀ, ਸਾਰਾ ਕੁਛ ਹੋ ਜੂਗਾ। ਇਹ ਸਾਡੀ ਮਾਨਸਿਕਤਾ ਹੈ ਜਿੱਥੇ ਆਪਾਂ ਇਹ ਲੜਾਈ ਲੜ ਰਹੇ ਹਾਂ। ਹੁਣ ਇਹ ਮੌਕਾ ਕਦੇ ਆਪਾਂ ਇਕੱਠੇ ਹੋ ਕੇ ਨਹੀਂ ਬੈਠਦੇ, ਕਿਸਾਨ ਭਰਾਵੋ, ਗਾਇਕ ਕਲਾਕਾਰ, ਆਪਣੀ ਜ਼ਮੀਰ ਨੂੰ ਆਵਾਜ਼ ਦਿਓ ਵੀ ਆਪਾਂ ਲੋਕ ਕੀ ਕਰਦੇ ਹਾਂ। ਜਿਹਦਾ ਇੱਕ ਮੁੰਡਾ ਹੋਵੇ, 10 ਕਿੱਲੇ ਜ਼ਮੀਨ ਆਉਂਦੀ ਹੋਵੇ, ਉਹ ਪਹਿਲਾਂ ਹੀ ਵਰਨਾ ਕਰਦਾ ਚੱਲਿਆ ਜਾਂਦਾ ਆਨੰਦ ਕਾਰਜਾਂ ਤੱਕ ਵੀ ਵਰਨਾ ਆਊ। ਇਹ ਗੱਲਾਂ ਨੇ ਵੀ ਸਾਨੂੰ ਮਾਰਿਆ। ਜਿਹੜੇ ਜੱਟ ਦੀ ਧੀ ਵਿਆਹੁਣ ਚੱਲੇ ਹਾਂ ਅਸੀਂ, ਉਹ ਵੀ ਜੱਟ। ਜਿਹੜਾ ਵਿਆਹ ਰਿਹਾ ਹੈ ਉਹ ਵੀ ਜੱਟ। ਕਿਆ ਉਹ ਧੀ ਤੁਹਾਡੀ ਧੀ ਨਹੀਂ? ਕਿੰਨਾ ਕੁ ਤੁਸੀਂ ਗੌਰ ਕਰਦੇ ਹੋ? ਕਹਿ ਕੇ ਕਹਿੰਦੇ ਹਾਂ ਸਾਨੂੰ ਬੱਕਰੇ ਦਾ ਮੀਟ ਕਰਿਓ, ਸਾਨੂੰ 5 ਕਿਸਮ ਦਾ ਮੁਰਗਾ ਕਰਿਓ, ਪਹਿਲਾਂ ਗੱਲਾਂ ਤੈਅ ਕਰਕੇ ਬਰਾਤ ਚੜ੍ਹਦੀ ਹੈ। ਸੋ ਇਹਨਾਂ ਗੱਲਾਂ 'ਤੇ ਵੀ ਤੁਸੀਂ ਵਿਚਾਰ ਕਰੋ ਆਉਣ ਵਾਲੇ ਸਮੇਂ ਵਿੱਚ। ਆ ਹੁਣ ਕਰੋਨਾ ਦੀ ਸ਼ਾਬਾਸ਼ੀ, ਮੈਂ ਤਾਂ ਕਹਿੰਦਾ ਕਰੋਨਾ ਆਈ ਹੈ, ਸ਼ੁਕਰ ਹੈ 30-30 ਜਣੇ ਜਾ ਕੇ ਮੁੰਡਾ ਵਿਆਹ ਲੈਣੇ, ਪਤਾ ਵੀ ਲੈਂਦਾ ਵੀ ਮੁੰਡਾ ਵਿਆਹ ਲਏ, ਕਿਉਂਕਿ ਪੁਜੀਸ਼ਨ ਇਹ ਹੋ ਗਈ। ਇਹ ਵੀ ਲੱਗਣ ਲੱਗ ਪਿਆ ਵੀ ਕਿਤੇ ਨਿਆਣੇ ਹੀ ਨਾ ਵਿਆਹ ਨੂੰ ਰਹਿ ਜਾਣ ਸਾਰੇ ਕਰੋਨਾ ਪਿੱਛੇ, ਜੇ ਉਮਰ ਟੱਪ ਗਈ। ਜੱਟ ਦੇ ਮੁੰਡੇ ਦਾ ਦਾੜ੍ਹੀ ਆ ਜਾਵੇ, ਉਹਨੂੰ ਸਾਕ ਨਹੀਂ ਹੁੰਦਾ, ਅਗਲਾ ਕਹਿੰਦਾ ਬੁੜਾ ਹੋ ਗਿਆ, ਹਾਣੀ ਨਹੀਂ, ਹਾਣ ਪ੍ਰਮਾਣ ਨਹੀਂ। ਸੋ ਇੱਦਾਂ ਦੀਆਂ ਗੱਲਾਂ ਬਹੁਤ ਵਿਚਾਰਨ ਵਾਲੀਆਂ ਨੇ। ਇਹਨਾਂ ਗੱਲਾਂ ਨੂੰ ਵੀ ਇਹਨਾਂ ਧਰਨਿਆਂ 'ਚ ਵਿਚਾਰ ਲਓ। ਸਰਕਾਰਾਂ ਦਾ ਕੀ ਹੈ? ਇਹ ਤਾਂ ਜਦੋਂ ਲੋਕਾਂ ਦੇ ਹਜੂਮ ਇਕੱਠੇ ਹੁੰਦੇ ਨੇ, ਆਹ ਗੱਲ ਕੋਈ ਨਵੀਂ ਨਹੀਂ ਹੋ ਰਹੀ ਜਿਹੜੀ ਤੁਸੀਂ ਆਹ ਧਰਨਾ ਲਾਇਆ, ਇਹ ਕੋਈ ਹਿੰਦੁਸਤਾਨ 'ਚ ਨਵੀਂ ਗੱਲ ਨਹੀਂ ਹੋ ਰਹੀ। ਪਹਿਲਾਂ ਬਹੁਤ ਗੱਲਾਂ ਹੋਈਆਂ ਨੇ ਦੁਨੀਆ ਵਿੱਚ। ਸ਼ਿਕਾਗੋ ਦਾ ਜਦੋਂ ਇਨਕਲਾਬ ਆਇਆ ਤਾਂ ਲੋਕਾਂ ਨੇ ਇੱਕ ਐਤਵਾਰ ਦੀ ਛੁੱਟੀ ਲੈਣ ਲਈ ਸਿਰ ਨਹਾਉਣ ਵਾਸਤੇ, ਜਿਨ੍ਹਾਂ ਦੇ ਜੂਆਂ ਪੈ ਜਾਂਦੀਆਂ ਸੀ, ਛੁੱਟੀ ਨਹੀਂ ਸੀ ਹੁੰਦੀ ਮਜ਼ਦੂਰ ਨੂੰ, ਉਹਨਾਂ ਨੇ ਇਨਕਲਾਬ ਛੇੜਿਆ। ਉਸ ਇਨਕਲਾਬ ਵਿੱਚ ਔਰਤਾਂ ਸਭ ਤੋਂ ਅੱਗੇ ਸੀ। ਆ ਜਿਹੜਾ ਕਾਮਰੇਡਾਂ ਦਾ ਲਾਲ ਝੰਡਾ ਹੈ ਨਾ, ਇਹ ਲਾਲ ਰੰਗ ਕਿਸੇ ਕਾਰਨ ਵਰਸ਼ ਹੋਇਆ ਹੈ, ਜਿਵੇਂ ਅਕਾਲੀਆਂ ਦਾ ਕੇਸਰੀ ਝੰਡਾ ਹੈ, ਉਹ ਇਸ ਕਾਰਨ ਵਰਸ਼ ਹੋਇਆ। ਇੱਕ ਬੀਬੀ ਦਾ 2 ਸਾਲ ਦਾ ਬੱਚਾ ਉਹਦੀ ਗੋਦੀ ਚੁੱਕਿਆ ਹੋਇਆ, ਉਹ ਸਮੇਂ ਦੀ ਹਕੂਮਤ ਦੇ ਖਿਲਾਫ ਨਾਰੇ ਮਾਰ ਰਹੀ ਸੀ, ਔਰ ਹਕੂਮਤ ਨੇ ਗੋਲੀ ਚਲਾਈ, ਬੱਚੇ 'ਚੋਂ ਗੋਲੀ ਲੰਘ ਕੇ ਮਾਂ ਦੇ ਸੀਨੇ 'ਚ ਨਿਕਲ ਕੇ ਪਾਰ ਹੋ ਗਈ, ਔਰ ਉਹ ਝੰਡਾ ਚਿੱਟਾ ਸੀ ਜਿਹੜਾ ਉਸ ਦਿਨ ਤੋਂ ਬਾਅਦ ਲਾਲ ਹੋ ਗਿਆ। ਅੱਜ ਉਹ ਝੰਡਾ ਲਾਲ ਹੈ, ਉਸ ਬੀਬੀ ਨੂੰ ਲਾਲ ਸਲਾਮ ਦਿੰਦਾ ਹੈ ਵੀ ਤੁਸੀਂ ਸਾਡੇ ਲਈ ਕੁਰਬਾਨੀ ਕੀਤੀ ਸੀ। ਅੱਜ ਨੌਕਰੀਆਂ ਪ੍ਰਾਈਵੇਟ ਹੋ ਰਹੀਆਂ ਨੇ, BA BEd, MA MEd, MPhil, PhD, ਮੇਰੀ ਨੂੰਹ ਨੇ PhD ਕਰੀ ਵੀ ਹੈ, ਉਹ ਡੇਰਾ ਬਸੀ ਇੱਕ ਕਾਲਜ ਵਾਲੇ ਨੇ, 5000 ਰੁਪਏ ਰੱਖੀ ਵੀ ਹੈ, 2000 ਇੱਕ ਦਿਨ ਦੇ ਦਿੰਦਾ ਹੈ, 3000 ਇੱਕ ਦਿਨ ਦੇ ਦਿੰਦਾ, ਕਿਸ਼ਤਾਂ ਵਿੱਚ 5000 ਦਿੰਦਾ, ਬੋਲਣ ਜੋਗੀ ਨਹੀਂ, ਜੇ ਮੈਂ ਇੱਥੋਂ ਗਈ ਕੀ ਕਰੂੰਗੇ। ਇਹ ਹਾਲ ਨੇ, ਕੀ ਤੁਸੀਂ ਨਿਆਣੇ ਪੜ੍ਹਾ ਲਉਂਗੇ? ਆ ਮੇਰਾ ਬਾਈ ਇੱਕ ਬੋਲ ਰਿਹਾ ਸੀ, ਮੈਂ ਕੋਈ ਇਹਨਾਂ ਦੀ ਬਿਤਖੋਈ ਨਹੀਂ ਲੱਗਿਆ ਕਰਨ, ਆਪਾਂ ਭਈਆਂ ਨੂੰ ਗਾਲਾਂ ਕੱਢ ਦਿੰਦੇ ਹਾਂ, ਇਹ ਭਈਏ ਵੀ ਇਸੇ ਕਾਨੂੰਨ ਦੇ ਸ਼ਿਕਾਰ ਹੋਏ ਹੋਏ ਨੇ। ਬਿਹਾਰ 'ਚ 2-2 ਕਿੱਲੇ ਜ਼ਮੀਨਾਂ ਹੈ, ਸਾਰੀਆਂ ਸਰਮਾਏਦਾਰਾਂ ਕੋਲ ਨੇ, ਉਹਨਾਂ ਨੂੰ ਕੋਈ ਮੰਗਮੀ ਵੀ MSP ਨਹੀਂ ਮਿਲਦੀ। ਆਪਾਂ ਤਾਂ MSP ਦੀ ਲੜਾਈ ਲੜ ਰਹੇ ਹਾਂ, ਤਾਂ ਵਿਚਾਰੇ ਸਾਡੀਆਂ ਮੋਟਰਾਂ ਦੇ ਧੱਕੇ ਖਾਂਦੇ ਹੈ। ਇਹਨਾਂ ਨੂੰ ਵੀ ਮਾੜੇ ਨਾ ਕਿਹਾ ਕਰੋ, ਸਾਡੇ 79 ਧੂੰ ਆ ਗਿਆ ਸੀ, 50-50 ਹਜ਼ਾਰ ਦੀਆਂ ਬੱਸਾਂ ਕਿਰਾਏ 'ਤੇ ਕਰਕੇ ਅਸੀਂ UP 'ਚ ਭੇਜੀਆਂ ਬਈਏ ਲਿਆਉਣ ਵਾਸਤੇ। ਇਹ ਵੀ ਮਿਹਨਤ ਕਸ਼ ਲੋਕ ਨੇ। ਜੇ ਤੁਸੀਂ ਮਜ਼ਦੂਰ ਕਿਸਾਨ ਦਾ 1-1 ਦੀ ਨਾਰਾ ਲਾਉਣਾ ਹੈ, ਇਹਨਾਂ ਲਈ ਲੜਨਾ, ਫਿਰ ਇਹਨਾਂ ਲਈ ਵੀ ਲੜੋ। ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬੋ। ਕੱਲ੍ਹ ਨੂੰ ਸਾਡੇ ਵੀ, ਹੁਣ ਗੁਜਰਾਤ ਵਿੱਚ ਪੰਜਾਬੀਆਂ ਦਾ ਕੀ ਹਾਲ ਹੈ? ਜ਼ਮੀਨਾਂ ਖੋ ਰਹੇ ਨੇ, ਜਦੋਂ ਜ਼ਮੀਨਾਂ ਫਰਟਾਈਲ ਹੋ ਗਈਆਂ, ਜਿੰਨਾ ਚਿਰ ਮੱਝ ਫੰਡਰ ਸੀ, ਉਹ ਜਿੰਨਾ ਚਿਰ ਮੱਝ ਫੰਡਰ ਸੀ ਕੋਈ ਕੱਖ ਨਹੀਂ ਸੀ ਪਾਉਂਦਾ, ਉੱਥੇ ਜਾ ਕੇ ਸਾਡੇ ਪੰਜਾਬੀ ਵੀਰਾਂ ਨੇ ਉਹ ਮੈਸਾਂ ਦੁੱਧ ਲਾਉਣ ਦੇ ਦਿੱਤੀਆਂ, ਉਹ ਜਿਹੜੇ ਜਿਨ੍ਹਾਂ ਦੇ ਸਿਰ 'ਤੇ ਗੁਜਰਾਤੀ ਦਮਗਜੇ ਮਾਰਦੇ ਨੇ। ਤਾਂ ਜੋ ਪੰਜਾਬੀ ਦਾ ਮੈਨੂੰ ਗੀਤ ਆਉਂਦਾ, ਬਹੁਤ ਪੁਰਾਣਾ ਯਾਦ ਆਉਂਦਾ, ਲੱਡੂ ਖਾ ਕੇ ਤੁਰਦੀ ਬਣੀ ਹੋਰ ਕਿਹੜੇ ਅੰਗਮਾਂ ਨੂੰ ਜੱਟ ਮਾਰਦਾ। ਸੋ ਵੀਰ ਜੀ, ਬੜਾ ਵਧੀਆ ਸਮਾਂ ਹੈ, ਹੁਣ ਤੁਹਾਡਾ ਪ੍ਰਚਾਰ MSP ਤੱਕ ਹੈ, ਆਪਣੇ ਘਰਾਂ 'ਚ ਵੀ ਪ੍ਰਚਾਰ ਕਰੋ, ਨਿਆਣੇ ਵਿਆਹੁਣੇ ਸਾਦੇ ਤਰੀਕੇ ਨਾਲ, ਬੁੜਾ ਮਰ ਗਿਆ ਉਵੇਂ ਲੱਡੂ ਜਲੇਬੀਆਂ ਚੁਕਾਈ ਜਾਂਦਾ, ਜਾਣ ਲੱਗਿਆਂ ਵੀ 2-2 ਕਿੱਲੋ ਦੇ ਲਿਫਾਫੇ, ਵੀ ਪਤਾ ਲੱਗਾ ਫਲਾਣੇ ਸਰਦਾਰ ਦੇ ਬੁੜੇ ਤੋਂ ਭੋਗ ਤੋਂ ਆਇਆ ਬਈ, ਜਲੇਬੀਆਂ ਦਿੱਤੀਆਂ ਨੇ। ਇਹ ਚੀਜ਼ਾਂ ਵੀ ਘੱਟ ਕਰਨੀਆਂ ਪੈਣੀਆਂ। ਆ ਖਰਚੇ ਸਾਡੇ, ਆ ਬੜੀਆਂ ਬੜੀਆਂ ਕੋਠੀਆਂ ਜਾਂਦਾ, 2 ਬੈਲਾਂ ਦੀ ਜੋੜੀ ਬਣਾ ਕੇ ਪਾਣੀ ਦੀ ਟੈਂਕੀ ਲਾ ਦਿੰਦੇ ਆਪਾਂ, ਇਹਦੇ ਨਾਲ ਟੌਰ ਨਹੀਂ ਬਣਦੀ, ਉਹਨੂੰ ਪਤਾ ਲੱਗ ਜਾਂਦਾ। ਮੈਂ ਮੈਨੇਜਰ ਰਿਹਾ ਪਿਛਲੇ 10 ਸਾਲ, ਮੇਰੇ ਕੋਲ ਇੱਕ ਪੁਲਿਸ ਮੁਲਾਜ਼ਮ ਆਇਆ,
बैरू के पिंड का आ बैरू जिहड़ा लीडर है थोड़ा, मैं कहिंदा मैनेजर साहब लोन चाहिदा। मैं की करदा काका, कहिंदा जी मैं उरे आ जिहड़ा कचहरियां च की बणिया हुंदा उत्थे लगे हुंदे दो हौलदार आ सिपाही, मैं उत्थे नौकरी करदा। मैं कहा यार तेरी इन्नी तनखाह तैनूं तो लिमिट दी की लोड़ है, मैं कहा जमीन किन्नी है, कहिंदा जी 4 बीघे हुंदे ने। मैं कहा करजा किन्ना चाहिदा, कहिंदा जी 10 लाख दे दो। 4 बीघे ते 10 लाख, मैं कहा काका 4 अपने नाल दे बेली ले जा, बापू नूं ले जा, बेबे नूं ले जा, कुड़ी ब्याह लिया कोई लोड़ नहीं। कहिंदा जी हुण लोकां दी दारू पीती होई आ, लोक साले मखौल करनगे। मैं उहदी दलील ते मैं भी कन्विंस हो गया, मैं 4 बीघे ते 10 लाख रुपया दित्ता, 5 किले ठेके दे लाए नाल। सानूं पता हुंदा वी ठेके वाले ला दो, देखी जाऊगी। मैं तां हुण रिटायरमेंट ते बैठा, कल नूं सरकार साली आपे भज्जी फिरूगी, या जिमीदार मूहरे होऊगा या सरकार मूहरे होऊगी, इक्को गल होणी आ वी तनोए तूं तां लंघ जा। ਇਹਦਾ ਜੱਟ ਦਾ ਮੁੰਡਾ ਵਿਆਹ ਐਸੀ ਕੀਤੇ ਸੀ, ਕਿਸੇ ਨੇ ਕੁੜੀ ਦਾ ਵਿਆਹ ਕਰਨਾ। 14 ਲੱਖ ਰੁਪਏ ਦੀ ਕਾਰ ਇੱਕ ਬੋਲਣ ਦੇ ਜ਼ਿਮੀਂਦਾਰ ਨੇ ਆਪਣੀ ਕੁੜੀ ਨੂੰ ਦੇਤੀ, ਆ ਕਿਹੜੀ ਸਾਲੀ ਇਹਨਾਂ ਦੀ ਕਰੂਜ਼ ਗੱਡੀ 14 ਲੱਖ ਦੀ। ਮੇਰੇ ਮੂਹਰੇ ਰੋਣ ਲੱਗ ਪਿਆ, ਕਹਿੰਦਾ ਮੈਨੇਜਰ ਸਾਹਿਬ 8 ਬੈਂਕਾਂ 'ਚ ਘੁੰਮਿਆ ਆ, ਤੁਸੀਂ ਜਵਾਬ ਨਾ ਦਿਓ ਮੈਂ ਮਰ ਜੂੰਗਾ, ਨਹਿਰ 'ਚ ਛਾਲ ਮਾਰ ਦੂੰਗਾ। ਉਹ ਮਗਾ ਸਾਲਾ ਕਿਤੇ ਮੇਰੇ ਹੀ ਨਾ ਉਹਨਾਂ ਲਿਖ ਕੇ ਮਰ ਜਾਵੇ ਵੀ ਮੈਨੂੰ ਮੈਨੇਜਰ ਨੇ ਲੋਨ ਨਹੀਂ ਦਿੱਤਾ, ਇਹਦਾ ਵਿਗੜਨਾ ਕੁਛ ਨਹੀਂ, ਕੁੜੀ ਇਹਦੀ ਵਿਆਹੀ ਗਈ, ਮੇਰਾ ਮੁੰਡਾ ਵਿਆਹੁਣ ਨੂੰ ਬੈਠਾ। ਮੈਂ ਕਿਹਾ ਫਿਰ ਤਾਰੂੰਗਾ ਕਿਵੇਂ? ਕਹਿੰਦਾ ਜੀ ਮੇਰਾ ਸਹੁਰਾ ਮਰਨ ਨੂੰ ਪਿਆ, ਬਸ ਥੋੜ੍ਹਾ ਹੀ ਚਿਰੇ ਆ, ਕਹਿੰਦਾ ਸਾਡਾ ਮੇਰਾ ਸਾਲਾ ਕੋਈ ਨਹੀਂ ਹੈ। ਉਹ ਮਰਿਆ ਔਰ ਮੈਂ ਲਿਮਿਟ ਐਡਜਸਟ ਕਰਾ ਦੇਣੀ ਹੈ। ਉਹ ਮੈਂ ਪੁੱਛਿਆ ਉਹਨੂੰ ਜਾ ਕੇ, ਮੈਂ ਕਿਹਾ ਸਹੁਰਾ ਮਰ ਗਿਆ ਕਿ ਨਹੀਂ? ਕਹਿੰਦਾ ਜੀ ਉਹ ਤਾਂ ਭੱਜਿਆ ਫਿਰਦਾ, ਮੈਂ ਤਾਂ ਮਾਰਿਆ ਗਿਆ। ਕਹਿੰਦਾ ਇਹ ਜ਼ਿਮੀਂਦਾਰਾਂ ਦੀ ਮਾਨਸਿਕਤਾ ਹੈ। ਮਾਫ਼ ਕਰਨਾ, ਜ਼ਿਮੀਂਦਾਰ ਕੁੜੀਆਂ ਬਾਹਰ ਭੇਜਦੇ ਆ ਪੜ੍ਹਾ ਕੇ ਬਗਾਨੇ ਮੁਲਕਾਂ 'ਚ, ਅੱਗੇ ਕੁੜੀ ਦੇ ਘਰ ਦਾ ਪਾਣੀ ਨਹੀਂ ਸੀ ਪੀਆ ਕਰਦੇ। ਹੁਣ ਕੁੜੀ ਹਾਲੇ ਜਹਾਜ਼ ਨਹੀਂ ਚੜ੍ਹੀ ਹੁੰਦੀ, ਕੁੜੀ ਦਾ ਭਾਈ, ਕੁੜੀ ਦਾ ਬਾਪੂ, ਕੁੜੀ ਦੀ ਬੇਬੇ, ਪਹਿਲਾਂ ਕੱਪੜੇ ਸਵਾਰ ਲੈਣ ਵੀ ਸਾਡੀ ਤਾਂ ਧੀ ਚੱਲੀ, ਪਹਿਲਾਂ ਮਾਰਾ ਛੋਕਰਾ ਜਾਏਗਾ, ਫਿਰ ਇਸਕਾ ਬਾਪੂ ਚੱਲ ਜਾਏਗਾ, ਫਿਰ ਪਿੱਛੇ ਪਿੱਛੇ ਮੈਲ ਚੱਲ ਜੂੰਗੀ। ਮੁੰਡੇ ਵਾਲੇ ਖਾਣ ਖਸਮਾਂ ਨੂੰ, ਡੇਰਾ ਉੱਥੇ ਲਾ ਲੈਣਾ, ਫਿਰ ਗੁਰੂ ਪਾਤਸ਼ਾਹ ਦਾ ਲੰਗਰ ਉੱਥੇ ਚੱਲਦਾ ਆਸਟ੍ਰੇਲੀਆ ਕੈਨੇਡਾ 'ਚ, ਫਿਰ ਉਹ ਜਿਹੜਾ ਜਵਾਈ ਹੁੰਦਾ ਉਹ ਸੁੱਕ ਕੇ ਕਾਨੇ ਵਰਗਾ ਹੋ ਜਾਂਦਾ। ਉੱਥੇ ਡਾਲਰ ਦਰਖਤਾਂ ਨੂੰ ਨਹੀਂ ਲੱਗਦੇ, ਇਹ ਭੁੱਲ ਜਾਓ ਗੱਲ। ਤੁਸੀਂ 2-2, 4-4, 5-5, 10-10 ਕਿੱਲੇ ਰੱਖ ਕੇ ਆਪਣੇ ਬੱਚੇ ਬਾਹਰ ਭੇਜੇ ਨੇ। ਲੈ ਮੈਂ ਦਾਅਵੇ ਨਾਲ ਕਹਿੰਦਾ ਮੇਰੇ ਦੋ ਭਰਾ ਕੈਨੇਡਾ ਗਏ ਹੋਏ ਨੇ, ਨਾਲੇ ਆਰਮੀ ਅਫਸਰ ਸੀ, ਇੱਕ ਕਰਨਲ ਸੀ, ਇੱਕ ਕਮਾਂਡਰ ਸੀ, ਦੋਵੇਂ ਸਾਲੇ ਟਰੱਕ ਚਲਾਉਂਦੇ ਨੇ, ਉੱਥੇ ਚਾਰਦਾ ਚਦਰਾ ਲਾ ਕੇ ਜਰਦਾ ਮੰਨ ਖੜਾ ਹੁੰਦਾ, ਉੱਥੇ ਕਮਾਂਡਰ ਸਾਹਿਬ ਖੜੇ ਹੁੰਦੇ ਹੈ। ਮੰਗਾ ਕੇ ਦਿਖਾ ਦਿਓ ਵੀ ਹਿੰਦੁਸਤਾਨ 'ਚ ਪੈਸਾ ਭੇਜ ਦਿਓ, ਜੇ ਕਿਸੇ ਨੇ ਭੇਜਿਆ ਹੋਵੇ ਮੈਂ ਲੱਤ ਥੱਲੇ ਲੰਘ ਜੂੰਗਾ। ਉਲਟਾ ਮੰਗਾਉਂਦੇ ਨੇ, ਸਾਡੇ ਨਿਆਣੇ ਸਾਂਭਣ ਵਾਲਾ ਕੋਈ ਨਹੀਂ। ਬੇਬੇ ਆ ਜਾ, ਬਹੁਤ ਯਾਦ ਕਰਦਾ ਪੋਤਾ ਪੋਤੀ, ਪੋਤੀ ਦਾਦੀ ਦਾਦੀ, ਐਂ ਨਹੀਂ ਪਤਾ ਵੀ ਪੋਤੜੇ ਬਦਲਣੇ ਪੈਣੇ ਆ ਜਾ ਕੇ। ਜਿਹੜਾ ਸਿਆਪਾ ਇਹਨਾਂ ਲਈ ਕਰਿਆ ਸੀ, ਹੁਣ ਪੋਤੇ ਪੋਤੀਆਂ ਲਈ ਕਰੂੰਗੀ। ਸੋ ਇਸ ਕਿਸਮ ਦੇ ਹਾਲਾਤ ਨੇ। ਸੋ ਵੀਰੋ, ਨਾ ਕਿਸੇ ਨੂੰ ਗਾਲ ਕੱਢੋ, ਨਾ ਬਈਆਂ ਨੂੰ ਕੁਛ ਕਹੋ। ਜੇ ਬਈਏ ਨਾ ਹੁੰਦਾ ਤੁਹਾਡੀ ਜੀਰੀ ਨਹੀਂ ਸੀ ਲੱਗਦੇ, ਲੱਤਾਂ ਖੜੀਆਂ ਕਰਾ ਲੈਂਦੇ। ਤੁਸੀਂ ਜਾਓ, ਭੱਜੇ ਗਏ ਨਾ ਯੂਪੀ ਨੂੰ, 50,000 ਦੀ ਬੱਸ ਕਰਕੇ ਮੈਂ ਠੇਕੇ ਪਰ ਜ਼ਮੀਨ ਦਿੱਤੀ ਵੀ ਭਵਾਨੀਗੜ੍ਹ ਕੋਲ, 50,000 ਦੀ ਮਿੰਨੀ ਬੱਸ ਕਰਕੇ ਭੇਜੀ, ਨਾਲੇ ਮਾਰਿਆ ਫੋਨ ਵੀ ਬੱਸ ਆ ਰਹੀ ਹੈ ਸਾਲਿਓ ਛਾਲ ਮਾਰ ਕੇ ਬਹਿ ਜਾਓ। ਨਾਲੇ ਹੀ ਮਾਰੇ ਸਟੇਸ਼ਨ ਉੱਤਰ ਦੇ ਕਹਿੰਦੇ ਬਾਊ ਜੀ ਪਹਿਲੇ ਮੀਟ ਕੇ ਸਾਥ ਰੋਟੀ ਖਿਲਾਓ, ਹਮ ਤੋਂ ਫਿਰ ਗਾਉਂ ਜਾਏਂਗੇ। ਜੇ ਕੋਈ ਮੁਰਗਾ ਖੜਾਉਂਦਾ ਹੈ ਤੇਰੇ ਵਰਗਾ ਬੱਕਰਾ ਲੈ ਗਿਆ ਬੜਾ ਸਾਰਾ ਕੀ ਲਿਆ, ਲੈ ਉਹ ਮੈਂ ਤੁਹਾਨੂੰ ਬੱਕਰਾ ਖਿਲਾਊਂਗਾ। ਉਹ ਕਹੋਗੇ ਸਰਦਾਰ ਐਸੀ ਤੈਸੀ ਮਰਾ ਗਈ ਤੇਰੀ ਜੀਰੀ, ਹਮ ਤੋਂ ਬੱਕਰੇ ਵਾਲੇ ਕੇ ਸਾਥ ਚਲੇ। ਸੋ ਇਹ ਹਾਲਾਤਾਂ 'ਚੋਂ ਸਾਰੇ ਆਪਾਂ ਗੁਜ਼ਰ ਰਹੇ ਹਾਂ, ਪਰ ਜਿਹੜਾ ਤਹੱਈਆ ਕੀਤਾ, ਦਿੱਲੀ ਸਰਕਾਰ ਨਾਲ ਲੜ ਰਹੇ ਹੋ ਤੁਸੀਂ, ਇੱਕ ਬੇਜਾਨ ਮੁੱਖ ਮੰਤਰੀ ਨਾਲ ਲੜ ਰਹੇ ਹੋ ਜਿਹਦੇ ਬਾਪ ਦਾਦੇ ਨੇ ਖੇਤੀ ਨਹੀਂ ਕਰੀ, ਉਹਨੂੰ ਕੀ ਪਤਾ? ਜਿਹਨੇ ਮੈਂਸ ਦਾ ਫੋਸ ਨਹੀਂ ਹਟਾਇਆ ਉਹ ਕਿਆ ਤੁਹਾਡੀਆਂ ਪ੍ਰੋਬਲਮ ਸਮਝੂਗਾ ਬਾਈ, ਕੀ ਸਮਝੂਗਾ ਉਹ? ਸੋ ਤੁਸੀਂ ਬਹੁਤ ਵੱਡਾ ਜਿਹੜਾ ਹੈ ਮੋਰਚਾ ਖੋਲ੍ਹ ਲਿਆ ਕਲਾਕਾਰਾਂ ਨੇ। ਲੈ ਵੀ ਹੁਣ ਕਲਾਕਾਰ ਉਹ ਗਾਉਣਾ ਗੁਣਾ ਤਾਂ ਜਾਇਓ ਭੁੱਲ, ਹੁਣ ਆ ਮੋਰਚਾ ਸਿਰੇ ਲਾਉਣਾ ਤੁਹਾਡੇ 'ਤੇ ਡਿਪੈਂਡ ਕਰਦਾ। ਇਹਨਾਂ ਵਿਚਾਰਿਆਂ ਨੇ, ਅਨਪੜ੍ਹ ਬੰਦਿਆਂ ਨੇ ਜਿਹੜੇ 7-7, 8-8 ਜਮਾਤਾਂ ਪੜ੍ਹੇ ਹੋਏ ਨੇ, ਇਹਨਾਂ ਨੇ ਤਾਂ ਆਪਣੀ ਅਕਲ ਨਾਲ ਜਕਾਰਾ ਛੱਡ ਤਿਆ ਵੀ ਲੈ ਸਾਲਿਆ ਵੜ ਕੇ ਦਿਖਾ ਖੇਤ 'ਚ। ਹੁੰਦਾ ਕੀ ਹੈ, ਦੋਵੇਂ ਜਣੇ ਲੜ ਕੇ 57 ਕਤਲ ਦੇ ਕੇਸ 'ਚ 10-10 ਸਾਲ ਲੜੀ ਜਾਂਦੇ, ਬਣਦਾ ਕੁਛ ਨਹੀਂ। ਅਲਟੀਮੇਟਲੀ ਜਾਂ ਨਿਆਣਿਆਂ ਦੇ ਵਿਆਹ ਉਹਨੇ ਫਿਰ ਵੜ ਜਾਂਦੇ, ਇੱਕ ਦੂਜੇ ਦੇ ਵਿਚਾਰੇ ਹਫੇ ਹੋਏ। ਸੋ ਦੋਸਤੋ, ਇਸ ਧਰਨੇ ਦਾ ਟੀਚਾ ਜਿੱਥੇ ਦਿੱਲੀ ਸਰਕਾਰ ਦੀ ਲੜਾਈ ਹੈ, ਕਾਲੇ ਕਾਨੂੰਨਾਂ ਦੀ ਲੜਾਈ ਹੈ, ਤੁਸੀਂ ਆਪਣੀਆਂ ਜ਼ਮੀਨਾਂ ਬਚਾਉਣੀਆਂ ਨੇ। ਰਸ਼ੀਆ ਵਰਗੇ ਮੁਲਕਾਂ 'ਚ ਬੜਾ ਬੜਾ ਕਮਿਊਨਿਜ਼ਮ ਹੁੰਦਾ ਸੀ, ਸਾਨੂੰ ਲੈਕਚਰ ਦਿਆ ਕਰਦੇ ਸੀ ਕਮਿਊਨਿਸਟ ਵੀ ਰਸ਼ੀਆ ਵਿੱਚ ਆਏ ਹਾਂ ਜੀ, ਰਸ਼ੀਆ ਵਿੱਚ ਆਏ ਹਾਂ।
जिदन रशिया टुटिया जिदन रशिया म गरबा करवा चौथ क्या नाउ से जी गरबा चौथ के करवा चौथ गरबा चौप और गरबा चौप ने जो तोड़िया बिक गया हो उत्थे ब्रैड पांच हज़ार रुपये की ब्रैड बिकी उत्थे यही सी भी भाई जमीन है खेती करो रोटी खाओ एसी विच सौ थानू चिंता करने की लोड़ नहीं बिजली आँदी है नहीं आँदी नक्का मोड़ना मोड़ो नहीं मोड़ना ना मोड़ो सो इस किस्म के इनकलाब आके चले गए पंजाबियों का अपना कल्चर है साढ़े बाप दादे किते आपस में कतल के केसा च फसे रहे किते लोगों के कतलों के केसा च फसे रहे भगत सिंह वर्गियां ने जवानियां बारतियां 42 साल बाद उधम सिंह ने इन्नी खुंदक पाल के रखनी अपने दिल में 42 साल बाद जाके जनरल डायर नूं कहिंदा ओ सिद्धा हो जा ऐ गोली मारी कहिंदा भजदा नहीं मैं जो मैं करना सी ओ मैं कर लिया इहदियां भी मंडियां पा दिंदे भी जट नीता जी कंबोत है जी पाने नहीं पाने गुरद्वारे आरामगढ़िया का आरामदासिया का आह जटा का वो उन्होंने लंगर छकन नहीं जाते असी उन्होंने लंगर छकन नहीं जाती कितने की मानस की जात सभ्य एक पहचान पो गुरु गोबिंद सिंह महाराज दल्ला करनिया बाबे बंदे बहादुर दल्ला करनिया बड़िया सौखिया ने पर वीर जी तंते हंडाया बड़िया औखिया अपने जवाक के दुआली वाले दिन कोई माड़ा जहा पटाका लग जाए ना चीची नू सारी दुआली बिचे छड़ के मां सारी रात वो चीची मूँह च पा के बैठी रहती है तनो मां जी ने अपने पुत पोते बाप दादे अपने सहुरे अपने चाचे ताए कुरबान कराते ये बहुत औखा काम है सो दमगजा वड्डा मारिया इहनू वड्डा ही रखना असी लोग थोड़े नाल जिहड़े मुलाजम लोग हैं जिहड़े लोग सिक्खी का दर्द है पंजाब का दर्द है मैं तो कहना भइयां नूं भी नाल लो उन्हां नूं क्यों बेचारे तुसीं पासे करदे हो चार दिन आलू पकौड़िया की सब्जी वह भी खा लेंगे स्वाद नाल बैठ के सरदारां नाल उन्हां दा माण वधूगा थोड़े धरनिया की रौनक वधूगी थोड़े धरनिया का दम वधूगा सरकार ये मन के चलूगी भी साढ़े पंजाबी तो लगे से लगे आ साढ़े भाई यूपी बिहार वाले भी बैठे ने भावें पिछे बैठे जरदा ही मिली जावें ठीक है ना गल तो कट्ठ दिखाउण दी है प्रेरित करन दी लोड़ है सो आखिर विच मैं इन्नियां गल्लां करदा होया एक शेर जरूर कहना कौन पुछदा है कावां कुत्तियां नूं कौन पुछदा है कावां कुत्तियां नूं बंद पिंजरे विच ने सदा शेर हुंदे और रोड़े उसी बेरी नूं बजदे ने जिहदे विच जिहड़ी बेड़ी दे मिठड़े बेर हुंदे ओए कौमां ओ यूं नहीं ना कदे नहीं मर सकदियां जिन्हां कौमां दे लीडर दलेर हुंदे सौ साल गुलामी दे जीण नालों जी लैणा आजादी की घड़ी चंकी उस मंदिर नालों औत की मड़ी चंकी जिथे धर्म के नाते कतल होंगे सो दोस्तों अज सारे विचार मना विचारो अपन गलतियां भी विचारो आप भी कोई बहुते वधिया बंदे नहीं है उन्होंने पता है भी पंजाबियों कि लत लगी भी है न्याणे बाहर भेजने की लगी भी है बाप चाहे अड़िया रहे मुंडा गंडा खेड़ी नहर कन्नी भज लैंदा भी मैं लग्या छाल मारन 7 लाख रुपये भेजण दे 20 लाख फीस 27 लाख रुपये किहड़े जिमीदार कोल है तुसीं बैठे हो किसे कोल है 27 लाख सब दियां कारां लोन ते ने 2 महीने किस्त ना तारो गायक खड़ा लाउणों हट जांदा भी साला किते मैनेजर ना चढ़िया स्टेज पर सो इस करके सारियां गल्लां विचार लो जट भाईओ ये नवें मुंडियां नूं ही ना हल्ला छेरी दो इन्हां दियां करतूतां भी दसो भी हुण तक इह की करदे रहिणा मां बाप रात नूं सौंदे नहीं भी मेरे पुत ने बाहर जाना पता नहीं उत्थे की बनूगा की नहीं पर इन्हां दे कन्न पर जू नहीं हाए मैं तो आस्ट्रेलिया का जहाज चढ़ना ही चढ़ना सो इन्ना कुछ कहिंदा होया जे किसी सज्जन के खिलाफ कोई भी अखर वाधा घाटा बोलिया गया हो खिमा दा जा चुका है जय जनता जय संघर्ष भारतीय किसान यूनियन भारतीय किसान यूनियन मैं कहूँगा देश का दुश्मन मजदूर का दुश्मन तुम कहना देश का दुश्मन मैं कहूँगा देश का दुश्मन तुम कहना हाय हाय मजदूर का दुश्मन देश का दुश्मन देश का दुश्मन और साडे हक और साडे हक और साडे हक हक लवांगे एक नाल एक नाल एक नाल हक लवांगे एक नाल और लोड़ पई तां जुत्ती नाल और लोड़ पई तां जुत्ती नाल जय जनता जय संघर्ष।